खुद जिम्मेवार है क्योंकि जो अहिंसा के राह पे बंदे चलते ने उन्होंने उन्होंने उत्ते परचे किए जा रहे ने। असीं एक शांतमई अंदोलन कर रहे हैं उसका उसनू नाकामयाब करने लई ਇਹ ਸਰਕਾਰ ਆਪਣਾ ਪੁਰਯੋਰ ਯਤਨ ਕਰ ਰਹੀ ਹੈ ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਨੂੰ ਜਿੱਥੇ ਰੋਕਿਆ ਜਾਊਗਾ ਅਸੀਂ ਉਸ ਜਗ੍ਹਾ ਹੀ ਬੈਠ ਜਾਵਾਂਗੇ। ਪੂਰੇ ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਕਰਾਂਗੇ। ਚਾਰ ਸਪੇਰੇ ਤੋਂ ਦਿੱਲੀ ਨੂੰ ਘੇਰਿਆ ਜਾਊਗਾ। ਜਦੋਂ ਦਿੱਲੀ ਚਾਰ ਸਪੇਰੇ ਤੋਂ ਪੂਰੀ ਘਿਰ ਜੂਗੀ ਤਾਂ ਸਮਝੋ ਸਾਡਾ ਅੰਦੋਲਨ ਕਾਮਯਾਬ ਹੈ। ਜੇ ਤੁਹਾਨੂੰ ਹਰਿਆਣੇ ਵਿੱਚ ਰੋਕ ਲਿਆ ਜਾਂਦਾ ਤੁਹਾਡਾ ਕਲੈਸ਼ ਨਹੀਂ ਕਰਦੇ ਵੀਰ ਜੀ? ਹਰਿਆਣਾ ਉਹ ਧਰਤੀ ਹੈ ਜਿੱਥੇ ਮਹਾਭਾਰਤ ਦਾ ਯੁੱਧ ਵੀ ਹੋਇਆ ਸੀ। ਮਹਾਭਾਰਤ ਦਾ ਯੁੱਧ ਵੀ ਇੱਥੇ ਹੀ ਲੜਿਆ ਗਿਆ ਸੀ ਤੇ ਸਿਰਫ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਲੜਾਈ ਹੋਈ। ਪਾਂਡਵਾਂ ਦੀ ਸੰਖਿਆ ਸਿਰਫ 5 ਸੀ ਤੇ ਕੌਰਵਾਂ ਦੀ ਸੰਖਿਆ ਕਿੰਨੀ ਸੀ? ਫੇਰ ਵੀ ਜਿੱਤ ਉਹਨਾਂ 5 ਬੰਦਿਆਂ ਦੀ ਹੋਈ ਸੀ। ਇਹ ਜੋ ਮਰਜ਼ੀ ਕਰ ਲੈਣ, ਜਿੱਤ ਸਾਡੀ ਯਕੀਨੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਵੱਲੋਂ ਬਲਾਕ ਨਾਭੇ ਦਾ ਪ੍ਰਧਾਨ ਹਰਮੇਰ ਸਿੰਘ ਪੰਗਾ ਗੱਲ ਕਰ ਰਿਹਾ, ਜਿਹੜਾ ਅਸੀਂ ਖੱਟੜ ਸਰਕਾਰ ਨਾਲ ਜੁੜੇ ਪੁਤਲਾ ਫੂਕਣ ਲੱਗੇ ਹਾਂ ਕਿਉਂਕਿ ਕਿਸਾਨ ਕਾਫੀ ਲੰਬੇ ਸਮੇਂ ਤੋਂ ਟੂਲ ਪਲਾਜ਼ਿਆਂ 'ਤੇ ਬੈਠੇ ਨੇ। ਸਾਡੇ ਸਾਰੇ ਟੂਲ ਪਲਾਜ਼ੇ ਬੰਦ ਕੀਤੇ ਹੋਏ ਨੇ, ਇਵੇਂ ਜਿਵੇਂ ਡੱਬ ਵਾਲੀ ਸਾਡਾ ਟੂਲ ਪਲਾਜ਼ਾ ਜਿਹੜਾ ਰੋਕ ਗਿਆ ਹੋਇਆ ਸੀ। ਹਰਿਆਣਾ ਸਰਕਾਰ ਨੇ ਸਾਡਾ ਧੱਕਾ ਕੀਤਾ, ਸਾਡੇ ਕਿਸਾਨ ਮਜ਼ਦੂਰਾਂ ਨੂੰ ਚੱਕ ਕੇ ਉਹਨਾਂ ਦੇ ਪਰਚੇ ਕੀਤੇ ਨੇ। ਉਹਨਾਂ ਪਰਚਿਆਂ ਦੇ ਵਿਰੋਧ ਵਿੱਚ ਅਸੀਂ ਖੱਟੜ ਸਰਕਾਰ ਦਾ, ਹਰਿਆਣਾ ਸਰਕਾਰ ਦਾ ਆਹ ਬੌੜਾ ਗੇਟ ਨਾਭੇ ਵਿਖੇ ਪੁਤਲਾ ਫੂਕ ਰਹੇ। 26 ਤੋਂ 27 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ। ਉਸ ਸਬੰਧ ਵਿੱਚ ਸਰਕਾਰਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ। ਸਾਡੇ ਕਿਸਾਨ ਵੀਰ ਉਸ ਟੂਲ ਪਲਾਜ਼ੇ ਤੋਂ, ਡੱਬ ਵਾਲੀ ਤੋਂ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ, ਉਹਨਾਂ ਦੇ ਪਰਚੇ ਦਿੱਤੇ ਨੇ। ਉਸ ਵਿਰੋਧ ਦੇ ਵਿੱਚ ਅੱਜ ਅਸੀਂ ਨਾਭੇ ਬੌੜਾ ਗੇਟ ਵਿਖੇ ਆਪਣੇ ਪੁਤਲਾ ਫੂਕ ਰਹੇ ਹਾਂ ਜੀ। ਅਸੀਂ ਜਿਹੜਾ ਆਪਣੀ ਹਰਿਆਣੇ ਦੀ ਸਰਕਾਰ ਆ, ਖੱਟੜ ਸਰਕਾਰ ਆ, ਉਹਦਾ ਪੁਤਲਾ ਫੂਕ ਰਹੇ ਹਾਂ ਇਸ ਵਿਰੋਧ ਦੇ ਵਿੱਚ। ਅਸੀਂ ਦਿੱਲੀ ਵੱਲ ਨੂੰ ਵਧਾਂਗੇ, ਜਿੱਥੇ ਵੀ ਸਾਨੂੰ ਰੋਕਿਆ ਜਾਊਗਾ ਉਸੇ ਸੜਕ ਦੇ ਉੱਤੇ ਅਸੀਂ ਪੱਕੇ ਮੋਰਚੇ ਲਾ ਕੇ ਬੈਠਾਂਗੇ। ਚਾਹੇ 6 ਮਹੀਨੇ ਲੱਗ ਜਾਣ, ਚਾਹੇ 1 ਸਾਲ ਲੱਗ ਜਾਏ, ਰਾਸ਼ਨ ਟਰਾਲੀਆਂ ਦੇ ਵਿੱਚ ਤਿਆਰ ਆ। ਜਿੰਨਾ ਸਮਾਂ ਲੱਗੂਗਾ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ, ਖਾਲੀ ਨਹੀਂ ਵਾਪਸ ਆਵਾਂਗੇ। ਸਾਡੀਆਂ ਮਾਤਾ ਭੈਣਾਂ ਵੀ ਸਾਰੀਆਂ ਜਾਣਗੀਆਂ, ਮਜ਼ਦੂਰ ਕਿਸਾਨ ਵੀ ਜਾਣਗੇ, ਮਜ਼ਦੂਰ ਵੀ ਜਾਣਗੇ, ਮੁਲਾਜ਼ਮ ਵੀ ਜਾਣਗੇ, ਹਰ ਇੱਕ ਵਰਗ ਦੇਸ਼ ਦਾ ਚੱਲਿਆ ਹੋਇਆ ਸਾਰੇ ਜਾਵਾਂਗੇ। ਮੰਨ ਕੇ ਚੱਲੋਗੇ ਨਾਭੇ ਬਲਾਕ ਦੇ ਵਿੱਚੋਂ 40 ਤੋਂ 50 ਟਰਾਲੀਆਂ ਜਾਣਗੀਆਂ। ਜਿਹੜੀ ਇਹ ਸਰਕਾਰ ਆ, ਖੱਟੜ ਸਰਕਾਰ,
ਚੋਰਾਂ ਦੀ ਸਰਕਾਰ ਇਹਨਾਂ ਨੇ ਸਾਡੇ ਕਿਸਾਨ ਵੀਰਾਂ ਤੇ ਰੇਹ ਲੈ ਕੇ ਵਿਚਾਰੇ ਉਹਨਾਂ ਤੇ ਪਰਚੇ ਝੂਠੇ ਦਰਜ ਕੀਤੇ ਨੇ ਆ ਡੱਬਾ ਵਾਲੀ ਕਿ ਪਰਚੇ ਝੂਠੇ ਦਰਜ ਕਿਉਂ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਪਤਾ ਕਿ ਇਹਨਾਂ ਨੇ 26 ਤਰੀਕ ਨੂੰ ਦਿੱਲੀ ਨੂੰ ਆਪਣੇ ਡੇਰੇ ਕੂਚ ਕਰਨੇ ਨੇ ਉਸ ਕਰਕੇ ਇਹ ਆਹਨੇ ਬਹਾਨੇ ਲਾ ਕੇ ਕਿ ਸਾਡੀਆਂ ਇਹ ਜਿਹੜੇ ਸਾਡੇ ਪਲੇਨ ਬਣਾਇਆ ਹੋਇਆ ਕਾਂਗਰਸ ਇਹਨਾਂ ਨੇ ਤਾਂ ਕਰਕੇ ਧੱਕਾ ਕਰ ਰਹੇ ਨੇ ਇਸ ਕਰਕੇ ਅਸੀਂ ਇਹਦੇ ਰੋਸ ਦੇ ਵਿੱਚ ਕਿ ਇਹਦਾ ਪੁਤਲਾ ਫੂਕ ਰਿਹਾ ਇਹ ਖੱਟੜ ਸਰਕਾਰ ਨੂੰ ਦੱਸ ਦੇਵਾਂਗੇ ਹਰਿਆਣੇ ਵਾਲੇ ਵੀ ਸਾਡੇ ਪੰਜਾਬੀ ਨਾਲ ਪੰਗਾ ਨਾ ਲੈ ਤੈਨੂੰ ਬਹੁਤ ਮਹਿੰਗਾ ਪੈ ਜੂਗਾ ਅਸੀਂ ਵੀ ਪੰਜਾਬੀ ਵੀਰ ਹਾਂ ਅਸੀਂ ਪੰਜਾਬੀਆਂ ਭੈਣਾਂ ਅਸੀਂ ਆਪਣੀਆਂ ਜਾਨਾਂ ਦੇ ਦਾਂਗੇ ਕਿ ਆਪਣੀਆਂ ਜਾਨਾਂ ਦੇ ਦਾਂਗੇ ਇਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਇਸ ਕਰਕੇ ਸਰਕਾਰ ਦਾ ਅਸੀਂ ਪੁਤਲਾ ਫੂਕ ਰਿਹਾ ਹਰਿਆਣੇ ਵਾਲੀ ਸਰਕਾਰ ਦਾ ਬੇਈਮਾਨ ਸਰਕਾਰ ਦਾ ਧੋਖੇਬਾਜ਼ ਸਰਕਾਰ ਦਾ ਇਹਨਾਂ ਨੂੰ ਦੱਸ ਦੇਵਾਂਗੇ ਵੀ ਹੁਣ ਤੇਰਾ ਕੀ ਬਣਦਾ ਆਹ ਪੁਤਲਾ ਫੂਕ ਰਿਹਾ ਕਿ ਹਰਿਆਣਾ ਸਰਕਾਰ ਨੂੰ ਆਪੇ ਪਤਾ ਲੱਗ ਜੂਗਾ ਪੰਜਾਬੀ ਵੀਰਾਂ 'ਚ ਕਿੰਨਾ ਰੋਸ ਹੈ ਝੂਠੇ ਪਰਚੇ ਦਰਜ ਕਰਦੇ ਨੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਇਹ ਸਰਕਾਰਾਂ ਨੂੰ ਬੇਈਮਾਨ ਸਰਕਾਰਾਂ ਨੂੰ ਬੀਜੇਪੀ ਸਰਕਾਰਾਂ ਨੂੰ ਮੋਦੀ ਸਰਕਾਰਾਂ ਨੂੰ ਝੂਠੀਆਂ ਸਰਕਾਰਾਂ ਨੂੰ ਕਦੇ ਨਹੀਂ ਬਖਸ਼ਾਂਗੇ ਸਾਨੂੰ ਖੱਟੜ ਪਿੱਟਣਾ ਪੈ ਗਿਆ ਸਾਨੂੰ ਖੱਟੜ ਪਿੱਟਣਾ ਪੈ